ਅਗਰ ਤੁਸੀਂ ਵੀ ਇੱਕ ਡੌਗ ਲਵਰ ਹੋ ਔਰ ਸਾਡੇ ਚੈਨਲ ਤੇ ਆਏ ਹੋ ਨਵੇਂ-ਨਵੇਂ ਤੇ ਦੋਸਤੋ ਸਭ ਤੋਂ ਪਹਿਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਹੀ ਦਬਾਓ ਘੰਟੀ ਦਾ ਆਈਕਨ ਨੂੰ ਤਾਂ ਕਿ ਹਰ ਤਰ੍ਹਾਂ ਦੀ ਡੌਗਸ ਦੀ ਵੀਡੀਓ ਤੁਹਾਡੇ ਤੱਕ ਅਸਾਂ ਦੇ ਨਾਲ ਪਹੁੰਚ ਸਕੇ। ਅਸਲਾਮੁਅਲੈਕਮ ਫੈਨਸ ਵੈਲਕਮ ਟੂ ਆਰ YouTube ਚੈਨਲ ਪੰਜਾਬੀ ਸ਼ੌਕ ਤੇ ਕੀ ਹਾਲ ਹੈ ਸਭ ਦੋਸਤਾਂ ਵੀਰਾ ਦਾ ਉਮੀਦ ਕਰਦੇ ਆਂ ਕਿ ਸਭ ਦੋਸਤ ਵੀ ਅੱਛੇ ਹੋਣਗੇ ਤੇ ਅੱਜ ਜਨਾਬ ਤੁਹਾਨੂੰ ਅੱਜ ਵੁਲਫ ਡੌਗ ਚੈੱਕ ਕਰਾਉਣ ਲੱਗੇ ਆਂ। ਇਹ ਰਾਤੀ 2 ਵਜੇ ਲੈ ਕੇ ਆਏ ਆਂ ਕੱਲ ਅੱਜ 11 ਦਸੰਬਰ ਦੀ ਸਵੇਰ ਸੁਬਾਹ ਵਾ ਇਕ ਤਾਨੂੰ ਬਾਹਰ ਕੱਢਿਆ ਕਿ ਚਲੋ ਦੋਸਤਾਂ ਨੂੰ ਸ਼ੌਕ ਕਰਵਾਈਏ ਨਾਲੇ ਕਿ ਜ਼ਰਾ ਸਿਹਰੀ ਸੋਟੀ ਮਾਰ ਲਵੇ ਪਿਓਰ ਵੁਲਫ ਦੀ ਲਾਈਨ ਦੇ ਵਿੱਚੋਂ Ориਜੀਨਲ ਬਗਿਆੜੀ ਆ ਯਾਨੀ ਤੁਹਾਨੂੰ ਕੰਨਾਂ ਤੋਂ ਉਹਦੇ ਚਿਹਰੇ ਤੋਂ ਦੀਆਂ ਅੱਖਾਂ ਤੋਂ ਫਿਰ ਅਸੀਂ ਰਾਤ ਸ਼ਹਿਰ ਹੀ ਸੀਗੇ ਤੇ ਇੱਕ ਦੋਸਤ ਦੇ ਰਿਲੇਟਿਵਸ ਸੀ ਉਹਨਾਂ ਦੇ ਘਰ ਬੰਨੇ ਆ ਪਹਿਲੇ ਨੂੰ ਉੱਥੇ ਤੇ ਲੈ ਅਸੀਂ ਟਾਈਮ ਨਾ ਲਿਆ ਸੀਗਾ ਤੇ 8 9 ਵਜੇ ਲਿਆਇਆ ਸੀਗਾ ਤੇ ਉਹ ਕਜ਼ਨ ਮੇਰਾ ਆਇਆ ਸੀਗਾ ਉਹਦਾ ਵੀ YouTube ਚੈਨਲ ਹੈਗਾ ਵਾ ਦੀ ਫੂਡ ਟੇਸਟ ਅਰਾਊਂਡ ਦੀ ਵਾਇਲਡ ਨਾਮ ਤੋਂ ਤੁਸੀਂ ਉਹਨੂੰ ਵੀ ਸਬਸਕ੍ਰਾਈਬ ਕਰਨਾ ਜਾ ਕੇ ਰਾਤੀ ਅਸੀਂ ਉੱਥੇ ਵੀਡੀਓ ਵੀ ਬਣਾਈ ਹੈ ਇਨਸ਼ਾ ਅੱਲਾਹ ਉਹ ਵੀ ਮੈਂ ਥੋੜਾ ਜਿਹਾ ਆਪਣਾ ਹੁੰਦਾ ਕਲਿੱਪ ਜਿਹੜਾ ਤੁਹਾਨੂੰ ਅਪਲੋਡ ਕਰਾਂਗਾ ਤੇ ਫੂਡ ਦੇ ਸੰਬੰਧਤ ਵੀਡੀਓ ਬਣਾਉਂਦੇ ਨੇ ਅਸੀਂ ਰਾਤੀ ਤਕਰੀਬਨ ਉੱਥੇ ਬੈਠ ਰਹੇ ਖਾਣਾ ਖਾਣਾ ਖਾਦਾ ਸਾਨੀ ਘਰ ਆਏ ਰਾਤੀ 2 ਵਜ ਗਏ ਸੀਗੇ ਇਹਨੂੰ ਉੱਥੇ ਨਾਲ ਕਿਸੇ ਰਿਲੇਟਿਵ ਦੇ ਘਰ ਬੰਨਿਆ ਸੀਗਾ ਦੱਸ ਰਿਹਾ ਸੀ ਕਹਿੰਦਾ ਕਿ ਯਾਰ ਇਹ ਨਾ ਕੂਕਾ ਮਾਰ ਰਿਹਾ ਹੌਲਿੰਗ ਕਰ ਰਿਹਾ ਯਾਨੀ ਜਿਸ ਤਰ੍ਹਾਂ ਨਹੀਂ ਵੁਲਫ ਕਰਦੇ ਹੁੰਦੇ ਆ ਤੇ ਇਹ ਇੱਕ ਇਹਦੀ ਲਾਈਨ ਦਾ ਵੁਲਫ ਲਾਈਨ ਦਾ ਜਿਹੜਾ ਹੈ ਨਾ ਡੌਗ ਉਹਦੀ ਮੇਨ ਨਿਸ਼ਾਨੀ ਯਾਨੀ ਉਹਦਾ ਬੱਚਾ ਅਗੋਂ ਹੋਇਆ ਉਹ ਨਹੀਂ ਕਰ ਰਿਹਾ ਅਗੋਂ ਦੇ ਬੱਚੇ ਹੋਏ ਨੇ ਕੋਈ ਖੂਨ ਜਿੰਦੇ ਵਿੱਚ ਹੋਵੇ ਨਾ ਭਾਵੇਂ ਥੋੜਾ ਬੋਤਾ ਹੀ ਹੋਵੇ ਉਹ ਖੂਨ ਬੋਲ ਦਾ ਜ਼ਰੂਰ ਆ ਤੇ ਇਹ ਜਨਾਬੇ ਲਈ ਇਸੇ ਤਰ੍ਹਾਂ ਹੀ ਆਪਣਾ ਬਗਿਆੜੀ ਜਿਹੜਾ ਹੈਗਾ ਮੇਲ ਤੁਹਾਨੂੰ ਚੈੱਕ ਕਰਾਉਣਾ ਵਾ ਤੇ ਕਮੈਂਟ ਕਰਕੇ ਤੁਸੀਂ ਦੱਸਣਾ ਜੇ ਨਾਮ ਇਹਦਾ ਕੋਈ ਡਿਸਾਈਡ ਨਹੀਂ ਕੀਤਾ ਕਿ ਨਾਮ ਕੀ ਰੱਖਣਾ ਵਾ ਤੇ ਨਾਮ ਤੁਸੀਂ ਦੱਸਣਾ ਵਾ ਦੋਸਤੋ ਕਮੈਂਟ ਕਰਕੇ ਕੋ ਪਿਆਰਾ ਜਿਹਾ ਨਾਮ ਹੋਵੇ ਅੱਛਾ ਜਿਹਾ ਨਾਮ ਹੋਵੇ ਲੈਣਾ ਵੀ ਸਾਨੀ ਚ ਹੋਵੇ ਬਹੁਤਾ ਔਖਾ ਨਾ ਹੋਵੇ ਮੈਨ ਪੜ ਜਾ ਬੰਦਾ ਆ ਤੇ ਇਹ ਨਾ ਹੋਵੇ ਮੈਨੂੰ ਮੁੜ ਕੇ ਨਾਮ ਹੀ ਨਾ ਆਵੇ ਤੇ ਆਸਾਨ ایزی نام ਹੋਵੇ ਸ਼ਾਰਟ ਜਆ ਕਮੈਂਟ ਸੈਕਸ਼ਨ ਚ ਨਾਮ ਆਪਣਾ ਜਿਹੜਾ ਤੁਸੀਂ ਦੱਸਣਾ ਹੈ ਉਹ ਕੀ ਰੱਖੀਏ ਤੇ ਜਿਹੜੇ ਦੋਸਤਾਂ ਦੀ ਜ਼ਿਆਦਾ رائے ਹੋਏਗੀ ਜਾਂ ਜਿਹੜਾ ਥੋੜਾ ਮੈਨੂੰ ਵੀ ਅੱਛਾ ਲੱਗੇਗਾ ਇਨਸ਼ਾ ਅੱਲਾਹ ਆਪਾਂ ਇਹਦਾ ਨਾਮ ਸਿਲੈਕਟ ਕਰਾਂਗੇ ਹੁਣ ਜਿਹੜੇ ਵੀ ਦੋਸਤ ਵੀਰ ਆਪਣੇ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਦੇਣ ਲਾਈਕ ਕਰ ਦੇਣ ਤੇ ਚੈੱਕ ਕਰਕੇ ਦੱਸਿਓ ਜਨਾਬ ਸਾਡਾ ਨਵਾਂ ਡੌਗ ਤੁਹਾਨੂੰ ਕਿਹੋ ਜਿਹਾ ਹੈ ਇਹ ਜੀ ਆਪਣਾ ਵੁਲਫ ਡੌਗ ਲੱਤਾਂ ਦਾ ਕਲਰ ਇੱਕ ਜਿਹੜਾ ਮੇਰੇ ਕੋਲ ਵੁਲਫ ਸੀ ਇੱਕ ਵੁਲਫ ਜਿਹੜਾ ਚਾਂਗ ਵਾਲੀ ਸਾਈਡ ਤੇ ਵੀ ਇੱਕ ਦਫਾ ਬੰਦੇ ਨੇ ਭੇਜੇ ਸੀਗੇ ਉਹਨਾਂ ਦੀਆਂ ਲੱਤਾਂ ਜਿਸਾਂ ਮਲ ਲੱਤਾਂ ਦਾ ਕਲਰ ਬੌਨ ਸਟਰਕਚਰ ਹੈਵੀ ਇਹ ਹਰ ਚੀਜ਼ਾਂ ਉਹੀ ਨੇ ਅੱਖਾਂ ਦਾ ਕਲਰ ਦੇਖੋ ਬਿਲਕੁਲ ਇਸਮ orange ਕਲਰ ਆ ਵੁਲਫ ਦਾ ਜ਼ਿਆਦਾ yellow ਹੁੰਦਾ ਵਾ ਕੰਨ ਤੁਸੀਂ ਕਿਤੇ ਲਾਈਵ ਦੇਖੋ ਨਾ ਲਾਈਵ ਤੁਹਾਨੂੰ ਨਜ਼ਰ ਆਵੇ ਮੂੰਹ ਦੇਖਿਆ ਕਿੰਨਾ ਬਰੀਕੀ ਅਗੋਂ ਉਤੋਂ ਸਿਰ ਭਾਰਾ ਤੇ ਕੋਈ ਜਣਾ ਮਸਲ ਹੁੰਦਾ ਨੱਕ ਜਿਹੜਾ ਦਾ ਕਿਵੇਂ ਪਤਲਾ ਜਿਆ ਇਹ ਚੀਜ਼ਾਂ ਵੁਲਫ ਲਾਈਨ ਦੇ ਵਿੱਚ ਹੁੰਦੀਆਂ ਨੇ ਸਿਰਫ ਵਿਚਾਰੇ ਦੀ ਪੂਛ ਥੋੜੀ ਜੀ ਛੋਟੀ ਹੈ ਮੈਂ ਤਾਂ ਕਿ ਆਪਣੀ ਕੱਟੀ ਗਈ ਹੈ ਮਰਹਲ ਦੇਖਿਆ ਸੀ ਤੇ ਉਹ ਹੈ ਹੀ ਦੱਸ ਰਿਹਾ ਲੜਕਾ ਦੱਸ ਰਿਹਾ ਕਹਿੰਦਾ ਭਾਈ ਜਾਨ ਹੈ ਹੀ ਪਦਾਸ਼ੀ ਇੰਜ ਦੀ ਆ ਯਾਨੀ ਕੱਟੀ ਛੱਟੀ ਨਹੀਂ ਗਈ ਹੈਗੀ ਤੇ ਪਦਾਸ਼ੀ ਕਹਿੰਦਾ ਨਾਰਮਲ ਇਦਾਂ ਦੀ ਇਹ ਡੀਟੇਲ ਹੈਗੀ ਹੈ ਮੈਂ ਕੋਈ ਗੱਲ ਨਹੀਂ ਤੇ ਰਾਖੀ ਦੇ ਅੱਖ ਚ ਕਹਿੰਦਾ ਭਾਈ ਜਾਨ ਤੁਹਾਨੂੰ ਮਜ਼ਾ ਨਾ ਕਰਵਾਵੇ ਤੇ ਪੈਸੇ ਵੀ ਵਾਪਸ ਤੇ ਕੁੱਤਾ ਵੀ ਵਾਪਸ ਤੇ ਚਲੋ ਮੈਂ ਕਿਹਾ ਅੱਲਾ ਖੈਰ ਕਰੇ ਅਸੀਂ ਤੇ ਗਾਂ ਦੇ ਬੱਚੇ ਪੁੱਛ ਲਾਂਗੇ ਨਾਲ ਕੋ ਫੀਮੇਲ ਲਾਵਾਂਗੇ ਉਹ ਤੇ ਉਹ ਦੇ ਵੇਖ ਕੇ ਬਲ ਲੱਗ ਗਿਆ ਮੈਨੂੰ ਕਿ ਰਾਖੀ ਦਾ ਅੱਕ ਜਿੱਦਾਂ ਦਾ ਪੈਂਦਾ ਪੁੰਦਾ ਵੀ ਇਹ ਬੰਦਿਆਂ ਨੂੰ ਤੁਸੀਂ ਮੈਂ ਵੀਡੀਓ ਨਹੀਂ ਬਣਾ ਸਕਿਆ ਰਾਤੀਂ 2 ਵਜੇ ਸੀ ਆਏ ਆ ਦੋਸਤਾਂ ਨੇ ਯਕੀਨ ਨਹੀਂ ਕਰਨਾ ਇਹਨੇ ਪਿਸ਼ਾਬ ਕੀਤਾ ਇਹਨੇ ਪਿਸ਼ਾਬ ਕਰਕੇ ਨਵਾਂ ਨਵਾਂ ਜਵਾਨ ਹੈ ਤਕਰੀਬਨ 1 ਸਾਲ ਦਾ ਜਹਾਵਾ ਤੇ ਇਹਨੇ ਪਿਸ਼ਾਬ ਕੀਤਾ ਤੇ ਪਿਸ਼ਾਬ ਕਰਨ ਤੋਂ ਬਾਅਦ ਇਹਨੇ ਆਪਣੇ ਨੱਕ ਦੇ ਨਾਲ ਜਿਵੇਂ ਬਿੱਲੀਆਂ ਇੰਜ ਇੰਜ ਕਰਕੇ ਮਿੱਟੀ ਪਾਉਂਦੀਆਂ ਹਨ ਇਹਨੇ ਆਪਣੇ ਨੱਕ ਨਾਲ ਸਾਰੀ ਆਪਣੇ ਆਪਣੇ ਛੋਟਾ ਪਿਸ਼ਾਬ ਵੀ ਕੀਤਾ ਸੀ ਇਹਨੇ ਸਾਰੀ ਉਹਦੇ ਉੱਤੇ ਮਿੱਟੀ ਪਾਈ ਤੇ ਇਹ ਜੀ ਮਾਸ਼ਾਅੱਲਾ ਡੌਗ ਆਪਣਾ ਤੇ ਇਹਦੀ ਹਾਈਟ ਵੀ ਤਕਰੀਬਨ ਹੈ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂਗਾ ਵੀਡੀਓ ਬਣਾਵਾਂਗਾ ਨਾਲੇ ਗੈਂਗਸਟਰ ਦੀ ਹਾਈਟ ਵੀ ਦੇਖਾਂਗੇ ਮੌਨਸਟਰ ਦੀ ਵੀ ਇਹਦੀ ਵੀ ਇੱਕੋ ਕੋਸ਼ਿਸ਼ ਕਰਾਂਗੇ ਕਲਿੱਪ ਬਣਾਈਏ ਤੇ ਆਪਣਾ ਨਾ ਉਹ ਵੀ ਤੁਹਾਡਾ ਸ਼ੇਅਰ ਕਰਾਂਗੇ ਹਾਈਟ ਕਿੰਨੀ ਹੈ ਤੇ ਜਵਾਨ ਜੇ ਕਿਸੇ ਦੋਸਤ ਨੂੰ ਮੈਂ ਅੱਛੀ ਫੀਮੇਲ ਹੋਵੇ ਉਹਨੂੰ ਕੋਲ ਬਗਿਆੜੀ ਕਰਾਸ ਕਰਾਉਣੀ ਹੋਵੇ ਤੇ ਉਹ ਵੀ ਕਰਵਾ ਦੇਾਂਗੇ ਠੀਕ ਹੈ ਪਿਓਰ ਵੁਲਫ ਲਾਈਨ ਦੇ ਵਿੱਚੋਂ ਮੇਲ ਆ ਜਿਹੜਾ ਦੋਸਤ ਵੁਲਫ ਨੂੰ ਸਮਝਦਾ ਨਾ ਉਹਨੂੰ ਪਤਾ ਚੱਲ ਜਾਣਾ ਹੈ ਕਿ ਇਹ ਕੀ ਚੀਜ਼ ਹੈਗੀ ਹੈ ਠੀਕ ਆ ਤੇ ਉਹ ਦਰ ਆਵਾਰਾ ਕੁੱਤੇ ਨੂੰ ਦੇਖ ਕੇ ਬੋਲ ਰਹੇ ਨੇ ਨਾ ਅੱਛਾ ਉਹ ਨਹੀਂ ਸਾਡੀ ਕਲੋਨੀ ਵਾਲਾ ਨਜ਼ਰ ਆਉਂਦੇ ਉਹ ਆਵਾਰਾ ਫਿਰਦੇ ਨੇ ਕਿਵੇਂ ਸ਼ੋਰ ਕਰਦੇ ਕਾਸ ਘਰ ਦੇ ਬਾਹਰ ਬੈਠਾ ਸੀ ਦੋ ਉਧਰ ਫਿਰਦੇ ਸੀਗੇ ਉਹ ਨਹੀਂ ਕਿਸ ਨਜ਼ਰ ਆਉਂਦੇ ਤੇ ਅੱਜ ਜਨਾਬ ਆਪਾਂ ਦਾ ਕੋਈ ਪੱਟਾ ਛੱਟਾ ਵੀ ਲਿਆਉਣਾ ਵਾ ਅੱਛੇ ਵਾਲਾ ਨਾਲ ਕੁਸੰਗਲੀ ਸ਼ੰਗਲੀ ਵੀ ਕੋ ਕੋ ਨਾਲ ਦਰਸੀ ਪਾ ਕੇ ਭੇਜੀ ਸੀਗੀ ਬਾਕੀ ਅੱਛਾ ਵਾਲਾ ਫਟਾ ਪਾ ਕੇ ਭੇਜਾਂਗੇ ਇਹਨੂੰ ਕਿਆ ਸਟਾਈਲ ਚ ਬੈਠਾ ਆ ਯਾਰ ਕਿਆ ਸਟਾਈਲ ਚ ਬੈਠਾ ਇਹਨਾਂ ਨੂੰ ਫਰੰਟ ਦਾ ਵੀਊ ਲੈਣੇ ਆ ਜਨਾਬ ਜੇ ਹੇਲ ਨਾ ਜਾਵੇ ਇਥੋਂ ਜਿਸ ਤਰ੍ਹਾਂ ਨਹੀਂ ਝੋਕ ਲਾਈ ਹੁੰਦੀ ਕਿਆ ਸੀਨ ਆ ਯਾਰ ਤਸਵੀਰਾਂ ਜਨਾਬ ਮੈਂ ਤਾਂ ਦੋ ਕਹਿ ਸਕਿਆ ਨਹੀਂ ਤਿੰਨ ਦਿਨ ਉੱਠ ਗਿਆ ਹੁਣ ਮੈਨੂੰ ਇਹ ਤਾਂ ਨਹੀਂ ਕਹਿ ਸਕਦਾ ਕਿ ਯਾਰ ਤੂੰ ਦੁਬਾਰਾ ਹੁੰਦੀ ਬੈ ਤੇ ਬਰਹਾਲ ਭੇਜੇ ਨਾਲੇ ਦਾ ਵੀ ਬਹੁਤ ਸ਼ੁਕਰੀਆ ਤੇ ਦੋਸਤਾਂ ਵੀਰਾਂ ਨੇ ਦਾ ਨਾਮ ਸਿਲੈਕਟ ਕਰਕੇ ਦੱਸਣਾ ਜਨਾ ਮੈਨੂੰ ਤੇ ਇਹ ਫੋਰ ਸੇਲ ਨਹੀਂ ਹੈ ਯਾਨੀ ਅਸੀਂ ਸੇਲ ਨਹੀਂ ਕਰਨਾ ਹੈਗਾ ਇਹ ਮੈਂ ਆਪਣੇ ਵਾਸਤੇ ਮੰਗਵਾਇਆ ਵਾ ਬੜੀ ਦਿਨ ਬਾਅਦ ਜਾ ਕੇ ਤੇ ਕੋਈ ਬਗਿਆੜੀ ਮੇਲ ਅੱਛਾ ਨਜ਼ਰ ਆਇਆ ਤੇ ਮੇਰੇ ਕੋ ਹੁੰਦਾ ਹੁੰਦਾ ਸੀ ਪਹਿਲੇ ਜਦੋਂ ਮੈਂ ਤਕਰੀਬਨ ਕੋ ਚੌਥੀ ਪੰਜਵੀਂ ਗਲਾਸ ਪੜਦਾ ਸੀ ਨਾ ਟਾਈਗਰ ਨਾਮ ਦਾ ਤੇ ਉਹ ਮੈਂ ਕਿਸੇ ਰਿਲੇਟਿਵ ਨੂੰ ਦੇ ਦਿੱਤਾ ਸੀਗਾ ਉਹਨਾਂ ਨੇ ਕੋਈ ਕਿਸੇ ਨੂੰ ਦੇ ਦਿੱਤਾ ਉਦੋਂ ਮੈਂ ਛੋਟਾ ਸੀਗਾ ਤੇ ਨਹੀਂ तकरीबन ਮੈਸੇਦੋਂ 9ਥ ਕਲਾਸ ਦੇ ਵੇ ਸੀਗਾ ਉਹਦਾ ਮੈਂ ਦਾवते ਇਸਲਾਮੀ ਵਾਲਿਆਂ ਦਾ ਬੜਾ ਟੈਸ ਸੀ ਤੇ ਮੇਰਾ ਨਾ ਫੇ ਕੁੱਤੇ ਤੋਂ ਦਿਲ ਚਲਦਾ ਗਿਆ ਮੈਂ ਕਿ ਨਮਾਜ਼ ਨੂੰ ਹੀ ਪੜਨੀ ਹੁੰਦੀ ਹੈ ਜੱਫੀਆਂ ਪਾਉਂਦਾ ਕੱਪੜੇ ਖਰਾਬ ਕਰਦਾ ਤੇ ਨਾਲੇ ਨਾ ਬਿਮਾਰ ਰਹਿਣ ਲੱਗ ਪਿਆ ਸੀਗਾ ਸ਼ਹਿਰਦਾਰੀ ਚ ਰਹਿ ਰਹਿ ਕੇ ਨਾ ਮੈਨੂੰ ਕਿਸ ਨੇ ਕਹਨ ਪਿੰਡ ਦਾ ਮਾਹੌਲ ਚਾਹੀਦਾ ਜੀ ਇਹਨੂੰ ਉਲਟੀ ਕਰ ਦਿੰਦਾ ਸੀਗਾ ਢਾਈ ਸਾਲ ਦਾ ਉਹ ਕਿ ਸਾਨੂੰ ਇਹ ਉਹਨੂੰ ਹੀਟ ਹੋ ਗਈ ਸੀ ਕੁੱਤੇ ਨੂੰ ਨਹੀਂ ਸ਼ੌਕ ਨਾ ਰੱਖਿਆ ਸੀ ਉਹਨੂੰ ਪਾਈਦਾ ਹੀ ਬੜਾ ਕੁਝ ਸੀਗਾ ਤੇ ਉਹਨੂੰ ਹੀਟ ਹੋ ਗਈ ਗੇਨ ਤਾਂ ਬਣਿਆ ਪਿਆ ਸੀ ਗੋਲ ਉਹਨ ਤੋਂ ਬਾਅਦ ਮੈਂ ਆ ਮੇਲ ਵੇਖਿਆ ਜਾਂ ਚੱਬ ਗਿਆੜੀ ਤੇ ਅੱਲਾ ਰੱਖੇ ਖੈਰ ਤੇ ਬੱਚੇ ਲਾਂਗੇ ਇਹਦੇ ਦੋਸਤਾਂ ਨਾਲ ਵੀ ਸ਼ੇਅਰ ਕਰਾਂਗੇ ਤੇ ਇਹਨੂੰ ਸੈਟਮੈਂਟ ਮੈਂ ਕਰ ਲਈਏ ਜਰਾ ਹੱਥ ਪੱਲਾ ਮਾਰੀਏ ਇਹਨੂੰ ਤੇ ਪਹਿਲੇ ਦਿਨ ਉਹਨੂੰ ਵੀ ਲਾ ਕੇ ਅੱਛਾ ਜਿਹਾ ਪਟਾ ਪਾਈਏ ਮਾੜੀ ਜੀ ਰਸੀਪਾਈਏ ਨਾ ਕਿ ਕੁੱਤੇ ਨੂੰ ਜਾਂ ਕਿ ਬੰਦੇ ਨੂੰ ਦੇਖ ਕੇ ਤੇ ਤੋੜ ਹੀ ਲਵੇ ਮੈਨੂੰ ਕਹਿੰਦਾ ਭਾਜੀ ਧਿਆਨ ਨਾਲ ਲਾਈਓ ਪੈ ਜਾਂਦਾ ਜੇ ਗੱਡੀ 'ਚ ਧਿਆਨ ਨਾਲ ਲਾਈਓ ਮਗਾ ਜੇ ਮੈਨੂੰ ਵੀ ਪੈ ਜਾਵੇ ਨਾ ਤੇ ਅੱਲਾ ਦੇ ਹੁਕਮ ਨਾਲ ਨੂੰ ਨਾਮ ਦਾਂਗੇ ਸੀ ਉੱਥੇ ਤੇ ਲੋਰੀਏ ਮੈਨੂੰ ਪੈ ਗਿਆ ਤੇ ਮੈਂ ਜਦੋਂ ਲਾਇਆ ਵਾ ਡਿੱਗੀ ਖੋਲੀ ਨਾ ਮੈਂ ਕਿਹਾ ਧਿਆਨ ਨਾ ਬਸ ਲਾਈ ਜੋ ਲਾਇਆ ਉਹ ਤੇ ਭਾਈ ਸਾਹਿਬ ਹਣੀ ਪੁੱਛਾ ਮਾਰਨ ਲੱਗ ਪਏ ਨਾ ਮੈਂ ਬਾਦ ਮਾਰੀ ਦੋ ਚਾਰੀ ਹੱਥੋਂ ਤੇ ਫੇਰਿਆ ਤੇ ਕਹਿੰਦਾ ਜੀ ਮੈਂ ਚੱਲ ਮੋਟਰਸਾਈਕਲ ਤੇ ਬਾ ਮੇਰੇ ਨਾਲ ਕਹਿੰਦਾ ਚਲੋ ਚੱਲੀਏ ਜਾਣਾ ਕਿੱਧਰ ਨੂੰ ਮੈਂ ਤੁਹਾਨੂੰ ਘਰ ਜਾ ਕੇ ਜਾ ਕੇ ਦੱਸਾਂਗਾ ਰਾਤ ਚ ਤੇ ਅਮੀਰ ਕਰਾਂਗੇ ਕਿ ਆਪਣੇ ਦੋਸਤਾਂ ਵੀਰਾਂ ਨੂੰ ਵੀਡੀਓ ਅੱਛੀ ਲੱਗੀ ਹੋਏਗੀ ਮੇਲ ਸਾਡਾ ਅੱਛਾ ਲੱਗਾ ਹੋਏਗਾ ਤੇ ਨਾਮ ਮੇਰੇ ਭਰਾਵਾਂ ਨੇ ਮੈਨੂੰ ਦੱਸਣਾ ਜੇ ਕਮੈਂਟ ਕਰਕੇ ਕੀ ਰੱਖਣਾ ਜੇ ਤੇ ਫਿਰ ਆਪਾਂ ਕੁਝ ਡਿਸਾਈਡ ਕਰਦੇ ਆਂ ਦਾ ਨਾਮ ਜਿਹੜਾ ਰੱਖਾਂਗੇ ਇਜਾਜ਼ਤ ਚਾਹੁੰਨਾ ਜੀ ਹੁਣ ਮੈਂ ਘਰ ਵੀ ਲੈ ਕੇ ਜਾਣਾ ਮਿਲਦੇ ਆਂਗੇ ਨਵੀਂ ਵੀਡੀਓ ਨਾਲ ਫਿਰ ਅੱਲਾਹ ਹਾਫਿਜ਼